सब्सक्राइब करो NC7 न्यूज नू ते लेटेस्ट अपडेट पाने लिए प्रेस करो बेल आइकन। यू आर वॉचिंग NC7 न्यूज हर खबर ते नजर। ਸਾਬਕਾ ਕੈਬਨਿਟ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਸ਼ੁੱਕਰਵਾਰ ਨੂੰ ਮੁੱਲਾਪੁਰ ਦਾਖਲਾ ਥਾਣੇ ਅੰਦਰ ਤਾਵਾ ਬੋਲ ਦਿੱਤਾ। ਅਕਾਲੀ ਦਲ ਦੇ ਵਰਕਰਾਂ ਵਿਚਕਾਰ ਜ਼ਿਮਨੀ ਚੋਣਾਂ ਦੌਰਾਨ ਉਹਨਾਂ ਨਾਲ ਧੱਕੇਸ਼ਾਹੀ ਕੀਤੇ ਜਾਣ ਖਿਲਾਫ ਗੁੱਸਾ ਹੈ, ਜਿਸ ਕਾਰਨ ਮਜੀਠੀਆ ਸਮੇਤ ਅਕਾਲੀ ਵਰਕਰ ਥਾਣੇ ਅੰਦਰ ਗਏ ਅਤੇ SSP ਨੂੰ ਚੇਤਾਵਨੀ ਦਿੱਤੀ। ਮਜੀਠੀਆ ਨੇ ਕਿਹਾ ਕਿ ਜ਼ਿਮਨੀ ਚੋਣ ਦੌਰਾਨ ਪੁਲਿਸ ਵੱਲੋਂ ਅਕਾਲੀ ਵਰਕਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕਾਂਗਰਸ ਦੀ ਹਮਾਇਤ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਕਿਸਮ ਦੀ ਧੱਕੇਸ਼ਾਹੀ ਨੂੰ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਪਸ਼ਟ ਗੱਲ ਹੈ ਜੀ, ਅੱਜ ਚੀਮਾ ਸਾਹਿਬ ਜਿਹੜੇ ਸਾਬਕਾ ਮਿਨਿਸਟਰ ਨੇ, ਪਾਰਟੀ ਦੇ ਸੀਨੀਅਰ ਫੰਕਸ਼ਨਰੀ ਨੇ, ਸਾਡੇ ਅਟਵਾਲ ਸਾਹਿਬ ਜਿਹੜੇ ਲੋਕ ਸਭਾ ਦੇ ਸਪੀਕਰ ਰਹੇ ਆ, ਸਾਬਕਾ ਸਤਿਕਾਰਯੋਗ ਗਰੇਵਾਲ ਸਾਹਿਬ, ਅਸੀਂ ਇਹ ਦਫ਼ਤਰ 'ਚ ਬੈਠੇ ਸੀ। ਰੋਜ਼ ਉੱਥੇ ਕਿਸੇ ਦੀ ਸਾਡੀ ਧੀ ਭੈਣ ਮਾਂ ਉੱਥੇ ਪਹੁੰਚਦੀ ਹੈ, ਲੇਡੀ ਸੰਪਰਕ ਕਰਦੀ ਹੈ ਜੀ ਕਿ ਮੇਰੇ ਘਰ ਵਾਲੇ ਮਗਰ ਪੁਲਿਸ ਲੱਗੀ ਫਿਰਦੀ ਹੈ। SSP ਸਾਹਿਬ ਨੂੰ ਪੁੱਛੋ, ਥਾਣੇ ਨੂੰ ਪੁੱਛੋ, ਕਹਿੰਦੇ ਜੀ ਅਸੀਂ ਤਾਂ ਭੇਜੀ ਕੋਈ ਨਹੀਂ। ਮਤਲਬ ਇਹ ਹਾਲਾਤ ਬਣਾ ਤੇ ਕਿ ਇਹਨਾਂ ਨੂੰ ਪਿਛਲੇ ਅਸੀਂ ਲਿਸਟ ਕੱਢ ਕੇ ਲਿਆਏ, 50 ਪਿੰਡਾਂ 'ਚ ਕੋਈ 7-8 ਜ਼ਿਲ੍ਹੇ ਦੀ ਪੁਲਿਸ ਲਾਤੀ ਆ। ਇੱਕ ਤਾਂ ਇਆਲੀ ਸਾਹਿਬ ਨੇ ਆਪ ਹੀ ਕੱਲ੍ਹ ਲਾਈਵ ਹੋ ਕੇ ਸਵੇਰੇ ਸਿਵਲ ਵਰਦੀਆਂ 'ਚ AK-47 ਲੈ ਕੇ ਅਗਲਿਆਂ ਦੇ ਘਰਾਂ ਦੀਆਂ ਕੰਧਾਂ ਟੱਪ ਟੱਪ ਕੇ, ਔਰ ਜੇ ਕੋਈ ਵਰਕਰ ਨਾ ਲੱਭੇ ਫਿਰ ਗੰਦੀਆਂ ਗੰਦੀਆਂ ਗਾਲਾਂ ਸਾਡੀਆਂ ਧੀਆਂ ਭੈਣਾਂ ਨੂੰ ਕੱਢਣੀਆਂ, ਔਰ ਉਹਨੂੰ ਕਹਿਣਾ ਕਿ ਸ਼ਾਮ ਤੱਕ ਮੁੰਡਾ ਪੇਸ਼ ਕਰਾ ਦੀ, ਨਹੀਂ ਤਾਂ ਕਿਸੇ ਪਰਚੇ 'ਚ ਫਾਜੂ ਫਿਰ ਸਾਨੂੰ ਨਾ ਆਖੀ। ਇਹੋ ਜਿਹਾ ਹਾਲਾਤ ਬਣਾ ਤੇ 12 ਤਰੀਕ ਤੋਂ ਲੈ ਕੇ ਅੱਜ 17 ਤਰੀਕ ਤੱਕ, 18 ਹੀ ਲਾ ਲਓ, 18 ਤਰੀਕ ਤੱਕ ਇੱਕ ਤਰਫੇ ਪਰਚੇ। ਮੈਂ SSP ਸਾਹਿਬ ਨੂੰ ਅਸੀਂ ਸਾਰਿਆਂ ਨੇ ਅੰਦਰ ਪੁੱਛਿਆ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਜਿੰਨੀਆਂ ਕਾਰਵਾਈਆਂ ਹੋ ਰਹੀਆਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਬੰਦਿਆਂ 'ਤੇ ਹੋ ਰਹੀਆਂ, ਹੋਰ ਕਿਸੇ ਦੀ ਗਲਤੀ ਕੋਈ ਨਹੀਂ। ਪ੍ਰੇਮ ਸਿੰਘ ਹੁਣ ਦੂਜਾ SHO ਅੱਜ ਰਿਕਾਰਡ ਪੇਸ਼ ਨਹੀਂ ਹੋ ਰਿਹਾ ਲੀਹਾਂ ਦਾ, ਰਿਕਾਰਡ ਦੇ ਵਿੱਚ ਕਿਹੜੇ ਪਰਚੇ ਦਿਖਾ ਰਹੇ ਨੇ? ਦੇਖੋ ਆ 12-15 ਕੇਸ ਤਾਂ ਅਸੀਂ ਅੰਦਰ ਲੈ ਕੇ ਗਏ ਹਾਂ, ਜਿਹੜੇ ਕਿਸੇ ਨੂੰ ਇੱਕ ਬੰਦਾ ਜਿਹੜਾ ਸਕੂਲ 'ਚ ਇਨਾਮ ਵੰਡਦਾ ਹੈ, ਸੌਲੀ ਪਿੰਡ ਦਾ ਸਹਿਬੇ ਨਸੀਬ ਬੰਦਾ, ਉਹ 65-60 ਸਾਲ ਉਹਨਾਂ ਦੀ ਉਮਰ ਹੋਣੀ, ਉਹਨਾਂ 'ਤੇ ਲਾਤਾ ਜੀ ਕਿ ਉਹਨਾਂ ਨੇ ਇੱਕ ਮੋਬਾਈਲ ਚੋਰੀ ਕੀਤਾ, ਭਈਏ ਤੋਂ ਮੋਬਾਈਲ ਚੋਰੀ ਕੀਤਾ। ਮਤਲਬ ਜਿੰਨੇ ਪਰਚੇ ਤੁਸੀਂ ਵੇਖ ਲਓ, ਜਾਂ ਮੋਬਾਈਲ ਚੋਰੀ ਦੇ ਜਾਂ ਪੋਸਟਰ ਪਾੜਨ ਦੇ। ਹੁਣ ਕਹਿੰਦੇ ਜੀ ਇੱਕ ਸ਼ਿੰਗਾਰਾ ਸਿੰਘ SHO ਅਸੀਂ ਇੱਕ ਦੇ ਬਾਰੇ ਦੱਸ ਰਹੇ ਸੀ, ਉਹਦੇ ਬਾਰੇ ਸਵੇਰੇ ਵੀ ਉਹਨੇ ਰੇਡ ਕੀਤਾ, ਇਹ ਮਗਰ ਚਲੇ ਗਏ, ਉੱਥੋਂ ਚਲੇ ਗਿਆ, ਪਿੱਛੇ ਗਿਆ। ਰਾਹ ਜਾਂਦੇ ਨੂੰ ਕਹਿੰਦੇ ਜੀ ਅੱਗ ਲੱਗੀ ਸੀ ਖੇਤਾਂ ਨੂੰ ਤਾਂ ਮੈਂ ਫੜ ਲਿਆ। ਹੁਣ ਅੱਗ ਇਕੱਲੀ ਖੇਤਾਂ ਨੂੰ ਸਾਡੇ ਵਰਕਰ ਦਿਸ ਰਹੇ ਆ, ਇਹ ਵਨ ਸਾਈਡਡ ਕਾਰਵਾਈ। ਦੇਖੋ ਮੇਨ ਮੁੱਖ ਦੀ ਗੱਲ ਹੈ ਕਿ ਕਾਂਗਰਸ ਚਾਹੁੰਦੀ ਨਹੀਂ ਕਿ ਅਯਾਲੀ ਸਾਹਿਬ ਚੋਣ ਲੜਨ, ਔਰ ਅਸੀਂ ਇਹ ਮਨ ਬਣਾ ਲਿਆ। ਇਹਨਾਂ ਦੇ ਅੱਜ 11 ਪਿੰਡਾਂ ਦੇ ਪ੍ਰੋਗਰਾਮ ਇਹਨਾਂ ਨੇ ਛੱਡਤੇ ਆ, ਸਾਰਾ ਟੱਬਰ ਤਿੰਨੇ ਭਰਾ ਹੋਣ ਆਏ ਆ। SSP ਸਾਹਿਬ ਨੂੰ ਕਿਹਾ ਕਿ ਜੇ ਇਹ ਧੱਕੇਸ਼ਾਹੀ, ਲੋਕਤੰਤਰ ਦਾ ਕਾਨ, ਫਰੀ ਐਂਡ ਫੇਅਰ ਵੋਟ ਪਾਉਣ ਦਾ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤਾ, ਜੇ ਇਹਦੇ 'ਚ ਲੋਕਾਂ ਨੂੰ ਫਰੀ ਐਂਡ ਫੇਅਰ ਵੋਟ ਨਹੀਂ ਪਾਉਣ ਦਿੱਤੀ ਜਾਊਗੀ, ਤੁਸੀਂ ਵਰਕਰ ਨੂੰ ਤੰਗ ਪਰੇਸ਼ਾਨ ਕਰਨਾ ਛੱਡੋ, ਅਸੀਂ ਆ ਜਾਂਦੇ, ਤੁਸੀਂ ਅਰੈਸਟ ਕਰੋ ਕੈਂਡੀਡੇਟ ਨੂੰ, ਇਹਦੇ ਸਾਰੇ ਟੱਬਰ ਨੂੰ, ਇਹਦੀਆਂ ਵਾਈਫਸ ਨੂੰ, ਇਹਦੀਆਂ ਭੈਣਾਂ ਨੂੰ, ਬੱਚਿਆਂ ਨੂੰ, ਉੱਤੇ ਸੁਨੇਹਾ ਲਾ ਦਿਓ ਕਿ ਅਸੀਂ ਕੈਂਡੀਡੇਟ ਫੜ ਲਿਆ, ਹੁਣ ਵੋਟਾਂ ਪਵਾ ਲਓ ਜਿਵੇਂ ਮਰਜ਼ੀ ਪਾਉਣੀਆਂ। ਮਗਰ ਇੱਕ ਮਿੰਟ, ਵਰਕਰ ਨੂੰ ਸਾਡੇ ਨੂੰ ਉਹਦੀ ਵਿਚਾਰੇ ਦੀ ਕੋਈ ਗਲਤੀ ਨਹੀਂ, ਉਹ ਇਸ ਤਾਨਾਸ਼ਾਹੀ ਗੱਦਾਫੀ ਦੀ ਸਰਕਾਰ ਦੇ ਉਲਟ, ਸੱਦਾਮ ਹੁਸੈਨ ਦੀ ਤਾਨਾਸ਼ਾਹੀ ਰਵੱਈਏ ਦੇ ਉਲਟ ਅੱਜ ਖਲੋਤਾ, ਉਹਦਾ ਹੱਕ ਹੈ ਕਿ ਉਹ ਜਿਹਨੂੰ ਮਰਜ਼ੀ ਵੋਟ ਪਾਵੇ। ਇਹ SSP ਸਾਹਿਬ ਕਹਿੰਦੇ ਮੈਨੂੰ ਸੁਣਦਾ ਨਹੀਂ, MLA ਕਪਾੜਾ ਇਹਨਾਂ ਦਾ ਕਹਿੰਦਾ ਮੈਂ ਅੱਖ ਕੱਢ ਦੂੰ, ਇਹ ਨਹੀਂ ਇਹਨਾਂ ਨੂੰ ਗੱਲ ਸੁਣੀ। ਇਹਨਾਂ ਦਾ ਇੱਕ ਹੋਰ MLA ਉਹ ਕਹਿੰਦਾ ਜੀ ਮੈਂ ਟਰੈਕਟਰ ਮਗਰ ਧੂ ਲੂੰ। ਆਸ਼ੂ ਦੇ ਸਾਹਮਣੇ ਕਾਂਗਰਸ ਦੀ ਪੱਗ ਲੱਥ ਰਹੀ ਹੈ, ਇੱਕ ਗੁਰਸਿੱਖ ਦੀ ਆਪ ਲਾ ਰਿਹਾ, ਸਾਹਮਣੇ ਪੁਲਿਸ ਖਲੋਤੀ, ਇਹਨਾਂ ਨੂੰ ਉਹ ਨਹੀਂ ਦਿਖ ਰਿਹਾ। ਕੱਲ੍ਹ ਗੈਂਗਸਟਰ CM ਸਾਹਿਬ ਦੇ ਸਵਾਗਤ 'ਚ ਆਏ ਅੰਦਰ, ਮੈਂ ਫੋਟੋ ਦੇ ਕੇ ਆਇਆ, ਇਹਨਾਂ ਨੂੰ ਉਹ ਨਹੀਂ ਦਿਖ ਰਿਹਾ, ਅਤੇ ਉਹ ਆਪਦੇ ਫੇਰ ਦੋ ਵਜ਼ੀਰ ਪੁਲਿਸ ਉਹਨੂੰ ਸਕਾਟ ਕਰਕੇ ਆ ਰਹੀ ਆ। ਜਦ ਤੁਹਾਨੂੰ ਦਿਸੀ ਕੁਛ ਨਹੀਂ ਰਿਹਾ, ਤੁਸੀਂ ਇੱਥੇ ਮਜਬੂਰੀ ਬਣੀ ਪਈ ਆ ਕਿ ਜੇ ਮੈਂ ਐਕਸ਼ਨ ਲਊਂਗਾ OSD ਸੰਧੂ ਦੇ ਖਿਲਾਫ ਤਾਂ ਮੇਰੀ ਬਦਲੀ ਹੋ ਜਾਣੀ ਹੈ, ਅਤੇ ਅਸੀਂ ਕੈਂਡੀਡੇਟ ਨੂੰ ਅੱਜ ਆਪਣਾ ਇੱਥੇ ਥਾਣੇ ਆਏ ਸਾਂ ਕਿ ਅਸੀਂ ਆ ਕੇ ਤੁਹਾਡੇ ਅੱਗੇ ਆਪਣਾ ਅਰੈਸਟ ਸਾਡੀ ਪਾ ਲਓ, ਅਸੀਂ ਤੁਹਾਡੇ ਅੱਗੇ ਸਬਮਿਟ ਹੁੰਦੇ ਹਾਂ।
ਵਰਕਰ ਨੂੰ ਤੰਗ ਪਰੇਸ਼ਾਨ ਕਰਨਾ, ਧੀਆਂ ਭੈਣਾਂ ਨੂੰ ਗਾਲਾਂ ਕੱਢਣੀਆਂ, ਲੋਕਾਂ ਦੇ ਕੰਧਾਂ ਦੀ ਟੱਪ ਕੇ ਜਲੀਲ ਕਰਨਾ, ਕੰਮ ਬੰਦ ਹੋ। You are watching NC7 News. To give advertisement for flash ad, video ad and paid stories on this channel, contact us on 9855858559. You are watching NC7 News, har khabar te nazar.